ਕਰੇ ਮੰਗਲ ਸੇਵਾ। ਦੁਖ ਦੀਨ ਦਰਦ ਲਾਰੇ ਜਾਕੀ ਮਹਾਂ ਬਿਛੜੀ ਕਾਰ, ਤਾਕੀ ਮਿਤ ਨਾ ਜਾਂਦੇ ਹੋਏ ਜਲ ਤਲ ਮੈਂ ਫਿਰ ਸੋਏ। ਕਾਲ ਬੰਦਨਾ ਲਗਭਾਰ ਥਕ ਪਰਿਉ ਕੰਧ ਤਾਰੇ, ਕਰ ਕਰੋ ਸਾਧ ਧੂਰ ਨਾਨਕ ਮਨਸਾ ਪੂਰੇ। ਗੁਲਾਬ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਵਾਰ, ਹਰ ਪਰੇ ਦੁਆਰ ਗੈ ਜਨ ਸਾਧ ਸੰਗ, ਮਨ ਵਿੱਚ ਹੱਥ ਰੰਗ ਕਰ ਦਇਆ ਲੋ ਲੜਾਏ, ਨਾਨਕਾ ਨਾਮ ਪਿਆਏ ਬਿਨਾ ਨਾਸ। ਨਾਨਕ ਚਰਨ ਪਿਆਸੇ ਜਿਉ ਤੁਮ ਪ੍ਰਭ ਪ੍ਰਾਣ, ਜਿਉ ਜੋਗੇ ਤਨ ਦਾਨੇ, ਜਿਉ ਗੁਰੂ ਜਲੇ ਸੰਯੋਗ, ਜਿਉ ਮਹਾਂ ਸੁਦਿਆਸ ਭੋਗ, ਜਿਉ ਬਾਤ ਉਦਹੇਤ ਹਰਸਮਤ ਨਾਨਕ ਨੇਤਾ, ਜਿਉ ਦੀਪ ਪਤਨ ਪਤੰਗ, ਜਿਉ ਚੋਰ ਚਿਤ ਨਿਸ਼ਾਂਗ, ਜੈ ਕਾਲੇ ਕੰਗ, ਜਿਉ ਅੰਮ੍ਰਿਤ ਬਿਕਈ ਕੰਧ, ਜਿਉ ਦੁਆਰ ਸੁਣਾ ਜਾਏ ਹਰ ਨਾਮ ਦੁਆਰ। ਗੁਲਾਬ ਮਹੱਲਾ ਪਹਿਲਾ ਜਿੱਦੀ ਕਰ, ਬਸ ਜਪ ਕੇ ਕਿਉ ਕਾਰ ਸ਼ਬਦ ਦੁਸਾਰੇ, ਏਕੋ ਏਕ ਕਾਰ ਨਿਰਾਲਾ, ਅਮਰ ਅਜੋਗੀ ਜਾਤ ਨਜਾਲਾ, ਅਗਮ ਅਗੋਚਰ ਰੂਪ ਨਾ ਦੇਖਿਆ, ਕੁਰਬਾਨੀ ਕਿੱਦਾਂ ਖੂਨ ਡੋਲ ਕੇ ਹਾਰ
ਤੇਰੇ ਬਾਣਿਆਂ ਦੇ ਮਾਣ ਸਤਿਗੁਰ ਜੀਓ, ਤੇ ਤਾਣਿਆਂ ਦੇ ਤਾਣ ਗਿਉਂਦਿਆਂ ਦੀ ਓਟ, ਆਸਰਿਆਂ ਦਾ ਆਸਰਾ ਵਰਿਆ ਮੇਰਾ ਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਇਨਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਸਦੇ ਪਾਤਸ਼ਾਹ ਜੀਓ, ਆਪ ਜੀ ਦੇ ਖਾਲਸਾ ਸਾਜਨਾ ਦਿਵਸ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਸਤਿਗੁਰੂ ਜੀਓ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕਰੋਨੇ ਦੇ ਸੰਬੋਧ ਸੰਗਤ ਦੇ ਸੰਯੋਗ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਏ, ਪੰਜ ਪਿਆਰੇ ਸਾਹਿਬਾਨ ਸਾਂਝੀ ਸਿੰਘ ਗੁਰੂ ਕੇ ਸੇਵਾਦਾਰ ਭਗਤ ਕਬੀਰ ਤੇ ਸੰਭੂ ਸੰਗਤ ਆਪ ਜੀ ਦੇ ਚਰਨਾਂ ਵਿੱਚ ਨਗਰ ਕੀਰਤਨ ਦੀ ਪ੍ਰਾਰੰਭਤਾ ਤੇ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਸਰਬੱਤ ਦੇ ਭਲੇ ਵਾਸਤੇ ਸ੍ਰੀ ਸਹਿਜ ਪਾਠ ਬਾਣੀ ਦੇ ਜਾਪ ਹੋਏ, ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਜਾਪ ਹੋਏ। ਇੱਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆ ਦੀ ਪਰਵਾਹ ਨੀ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਬੰਦੇ ਦਾ ਹਰ ਕੰਮ ਸਵਰਦਾ। ਇੱਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਇੱਕ
ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਕਰਾਂ ਸ਼ੁਕਰਾਨਾ ਦਾਤਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ। ਔਖੇ ਵੇਲੇ ਸਾਥ ਨਿਭਾਵੇਂ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ। ਸੁੱਖਾ ਵੇਲੇ ਸਾਰੀ ਦੁਨੀਆ, ਓ ਸੁੱਖਾ ਵੇਲੇ ਸਾਰੀ ਦੁਨੀਆ, ਦੁੱਖਾਂ ਵਿੱਚ ਕੋਈ ਬਾਣੀ ਫੜਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਰੱਖੀ ਨਿਗਾਹ ਮਿਹਰ ਦੀ ਦਾਤਾ, ਮੈਂ ਮੂੰਹ ਰੱਖਿਆ ਨੀ ਜਾਣੇ ਤੇ, ਮੈਂ ਮੂੰਹ ਰੱਖਿਆ ਨੀ ਜਾਣੇ ਤੇ, ਮੈਂ ਮੂੰਹ ਰੱਖਿਆ ਨੀ ਜਾਣੇ ਤੇ। ਚੰਗਾ ਮਾੜਾ ਸਮਾਂ ਗੁਜ਼ਾਰਾਂ, ਸਤਿਗੁਰ ਤੇਰੇ ਪਾਣੇ ਤੇ, ਸਤਿਗੁਰ ਤੇਰੇ ਪਾਣੇ ਤੇ, ਸਤਿਗੁਰ ਤੇਰੇ ਪਾਣੇ ਤੇ। ਰੁੱਖੀ ਮਿਸੀ ਦੇਵੀ ਦਾਤਾ, ਮਿਸੀ ਦੇਵੀ ਦਾਤਾ, ਟੁੱਟੇ ਨਾਏ ਬਨ ਸਬਰ ਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਗੀਤਾਂ ਵਿੱਚ ਇੱਕ ਤੇਰਾ ਵਾਸੇ, ਇੱਕ ਤੇਰਾ ਵਾਸੇ, ਇੱਕ ਤੇਰਾ ਵਾਸੇ। ਗੈਰੀ ਦੇ ਬੋਲਾਂ ਚ ਤੇਰੇ ਪਿਆਰ ਦੀ ਮਿਠਾਸੇ, ਪਿਆਰ ਦੀ ਮਿਠਾਸੇ, ਪਿਆਰ ਦੀ ਮਿਠਾਸੇ।
ਬੇਸੁਰਿਆਂ ਨੂੰ ਤੂੰ ਬਖਸ਼ ਦੇ ਬੇਸੁਰਿਆਂ ਨੂੰ ਤੂੰ ਬਖਸ਼ ਦੇ ਮੌਸੀਕੀ ਦਾ ਉੱਚਾ ਦਰਜਾ ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆਂ ਦੀ ਪਰਵਾਹ ਨਹੀਂ ਕਰਦਾ ਦੁਨੀਆਂ ਦੀ ਪਰਵਾਹ ਨਹੀਂ ਕਰਦਾ
ਵਾਹਿਗੁਰੂ ਗੁਣ ਗਾਵਾਂ। ਆਪਣੇ ਪਿੰਡ ਵਾਲੇ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਛਨਾਰ ਦੀ ਕਰਮੋਨਾ ਇਟਲੀ ਸਮੂਹ ਪ੍ਰਬੰਧਕ ਕਮੇਟੀ ਅਤੇ ਕਰਮੋਨੇ ਦੀਆਂ ਸਮੂਹ ਸੰਗਤਾਂ ਵੱਲੋਂ ਖਾਲਸੇ ਦੇ 315ਵਾਂ ਸਾਜਨਾ ਦਿਵਸ 'ਤੇ ਸਾਰੇ ਜਗਤ ਦੀਆਂ ਨਾਨਕ ਨਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਮੋਨਾ ਸ਼ਹਿਰ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦਿਖਾਈ ਦੇ ਰਿਹਾ ਹੈ। ਬੜੇ ਹੀ ਉਤਸ਼ਾਹ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਅਤੇ ਆਪਣੀ ਸ਼ਮੂਲੀਅਤ ਕਰਕੇ ਖਾਲਸੇ ਦੇ ਪ੍ਰਗਟ ਦਿਵਸ ਨੂੰ ਮਨਾ ਰਹੀਆਂ ਹਨ। ਅੱਜ ਦੇ ਦਿਨ 'ਤੇ ਬਹੁਤ ਹੀ ਕਿਰਪਾ ਦੇ ਨਾਲ ਜੋ ਕਰਮੋਨੇ ਵਿਖੇ ਹਜ਼ਾਰਾਂ ਸੰਗਤਾਂ ਦਾ ਇਕੱਠ ਹੋ ਰਿਹਾ ਹੈ, ਜਿਸ ਵਿੱਚ ਇੰਡੀਆ ਤੋਂ ਭਾਈ ਮਹਿਲ ਸਿੰਘ ਜੀ ਦਾ ਢਾਡੀ ਜਥਾ, ਕਵੀਸ਼ਰੀ ਜਥਾ ਅਤੇ ਹੋਰ ਕਾਫੀ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਸਾਰੇ ਹੀ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਫਿਰ ਤੋਂ ਖਾਲਸੇ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਦੀਆਂ ਸਮੂਹ ਜਗਤ ਨੂੰ, ਸਮੂਹ ਇਲਾਕੇ ਨੂੰ ਲੱਖ ਲੱਖ ਵਧਾਈ ਹੋਵੇ। ਉਹ ਵਧਾਈ ਦੇ ਪਾਤਰ ਸਮੂਹ ਕਮੇਟੀ ਗੁਰਦੁਆਰਾ ਸਾਹਿਬ ਜੀ ਦੀ ਹੈ ਔਰ ਇਤਿਹਾਸ ਇੱਥੇ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੀਡੀਆ ਪੰਜਾਬ ਦੇ ਭਾਈ ਸਾਧੂ ਸਿੰਘ ਹਮਦਰਦ ਜੀ ਅਤੇ ਬੇਟਾ ਮਨਦੀਪ ਸਿੰਘ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਨਗਰ ਕੀਰਤਨ ਦੀ ਨੂੰ ਸਾਰੀ ਕਵਰਿੰਗ ਕੀਤੀ ਹੈ ਅਤੇ ਸਾਰੀ ਸੰਗਤ ਨੂੰ ਅਤੇ ਆਪਣੀ ਦਿੱਲੀਆਂ ਗਰਾਈਆਂ ਤੋਂ ਮੀਡੀਆ ਪੰਜਾਬ ਦੇ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਮੀਡੀਆ ਪੰਜਾਬ ਟੈਲੀਵਿਜ਼ਨ ਅਤੇ ਰਸਾਲਾ ਦੀ ਦੁੱਗਣੀ ਅਤੇ ਰਾਹ ਚੌਗਣੀ ਤਰੱਕੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਸਤਿਗੁਰਾਂ ਦੇ ਦੁਆਰੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ,
Oh,
ਖਾਲਸਾ ਫਤਿਹ। ਸ਼ਮਸ਼ੀਰਾਂ ਸੰਗਤ ਆਉਂਦੀ
ਸ਼ਮਸ਼ੀਰਾ ਸੰਗਤ ਆਉਂਦੀ ਓੜ ਪੂਰੀ ਪਈ ਸੱਤ ਵਹੀਰਾ ਸੱਤ ਵਹੀਰਾ ਹਰਵਿੰਦ ਰਾ ਹਰ ਵੇਲੇ ਮਿਲ ਕੇ ਹਰ ਜਸ ਗਾਈਏ ਹਰ ਜਸ ਗਾਈਏ ਹਰ ਜਸ ਗਾਈਏ ਹਰ ਜਸ ਗਾਈਏ ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ ਦਰਸ਼ਨ ਪਾਈਏ ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ ਦਰਸ਼ਨ ਪਾਈਏ ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ਼ ਨਿਹਾਰ ਨਾਨਕ ਦਰਸ਼ ਨਿਹਾਰ ਦਰਸ਼ਨ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਂ ਲਗਈ ਗੁਰਪੁਰੇ ਮੇਰੀ ਰਾਤ ਲਈ ਰਾਮ ਰਸ ਪੀਆ ਰੇ 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 ਰਸ ਬਿਸਰ ਗਏ ਰਸ ਹੋਰ ਰਸ ਬਿਸਰ ਗਏ ਰਸ ਹੋਰ ਤੇਰਾ ਸਹਾਰਾ ਇੱਕ ਤੇਰਾ ਸਹਾਰਾ ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਜੇ ਤੇਰੀ ਇੱਕ ਰਹਿਮਤ ਹੋ ਜਾਏ ਜੇ ਤੇਰੀ ਇੱਕ ਰਹਿਮਤ ਹੋ ਜਾਏ ਬੰਦੇ ਦਾ ਹਰ ਕੰਮ ਸਵਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਕਰਾਂ ਸ਼ੁਕਰਾਨਾ ਦਾਤਾ ਮੈਂ ਤੇਰੇ ਉਪਕਾਰਾਂ ਦਾ ਮੈਂ ਤੇਰੇ ਉਪਕਾਰਾਂ ਦਾ ਮੈਂ ਤੇਰੇ ਉਪਕਾਰਾਂ ਦਾ ਔਖੇ ਵੇਲੇ ਸਾਥ ਨਿਭਾਵੇਂ ਰੂਪ ਬਣਾ ਕੇ ਯਾਰਾਂ ਦਾ ਰੂਪ ਬਣਾ ਕੇ ਯਾਰਾਂ ਦਾ ਰੂਪ ਬਣਾ ਕੇ ਯਾਰਾਂ ਦਾ
ਸੁੱਖਾਂ ਵੇਲੇ ਸਾਰੀ ਦੁਨੀਆ ਓ ਸੁੱਖਾਂ ਵੇਲੇ ਸਾਰੀ ਦੁਨੀਆ ਦੁੱਖਾਂ ਵਿੱਚ ਕੋਈ ਬਾਣੀ ਫੜਦਾ ਇੱਕ ਤੇਰਾ ਸਹਾਰਾ ਮਿਲ ਜਾਏਗਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏਗਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਰੱਖੀ ਨਿਗਾਹ ਮਿਹਰ ਦੀ ਦਾਤਾ ਮੈਂ ਮੂੰਹ ਰੱਖਿਆ ਨੀ ਜਾਣੇ ਤੇ ਮੈਂ ਮੂੰਹ ਰੱਖਿਆ ਨੀ ਜਾਣੇ ਤੇ ਮੈਂ ਮੂੰਹ ਰੱਖਿਆ ਨੀ ਜਾਣੇ ਤੇ ਚੰਗਾ ਮਾੜਾ ਸਮਾਂ ਗੁਜ਼ਾਰ
ਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਜਨਮ ਕਾਏ ਲਾਹੋ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾਏ ਲਾਹੋ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾਏ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ
ਮਿਹਰਬਾਨੀ ਜਬ ਲਗ ਬਿਕਲ ਪਈ ਮਿਹਰਬਾਨੀ ਪਜ ਲੈ ਰੇ ਮਨ ਸਾਰੰਗ ਪਾਣੀ ਗੁਰ ਸੇਵਾ ਤੇ ਭਗਤ ਕਮਾਈ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਪਜ ਹਰ ਕੀ ਸੇ ਇਸ ਦੇਹੀ ਕੋ ਸਿਮਰੇ ਪਜ ਹਰ ਕੀ ਸੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਬ ਪਾਈ ਆਵੇ ਅੰਤ ਨਾ ਭਜਿਆ ਜਾਈ ਆਪਣਾ ਭਜਿਸ ਭਜਿਸ ਕਬ ਪਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰੇ ਸੋਈ ਅਬ ਸਾਰ ਜੋ ਕਿਛ ਕਰੇ ਸੋਈ ਅਬ ਸਾਰ ਫਿਰ ਪਛਤਾਓ ਨਾ ਪਾਵੋ ਪਾਰ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਪਜ ਹਰ ਕੀ ਸੇ ਇਸ ਦੇਹੀ ਕੋ ਸਿਮਰੇ ਦੇ ਸੋ ਦੇਹੀ ਪਜ ਹਰ ਕੀ ਸੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਮਾਨ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ
ਗੁਰੂਆਂ
ਸਭ ਨੂੰ ਸਬਕ ਪੜਾਇਆ ਉਹ ਕਿਰਤ ਕਰੋ ਤੇ ਵੰਡ ਛਕੋ ਹੈ ਸਭ ਨੂੰ ਇਹੋ ਸਿਖਾਇਆ ਹੱਕ ਪਰਾਇਆ ਮਾਰ ਮਾਰ ਕੇ ਪਾਪਾਂ ਵਿੱਚ ਨਾ ਪੈ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਕਾਦਰ ਦੀ ਕੁਦਰਤ ਨੂੰ ਜੇ ਤੂੰ ਸਮਝ ਲਵੇ ਅਣ ਜਾਣਾ ਸੀ ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ ਉਹ ਕਾਦਰ ਦੀ ਕੁਦਰਤ ਨੂੰ ਜੇ ਤੂੰ ਸਮਝ ਲਵੇ ਅਣ ਜਾਣਾ ਸੀ ਖਾਲੀ ਹੱਥੀ ਆਇਆ ਸਿਕੰਦਰ ਖਾਲੀ ਹੱਥੀ ਜਾਣਾ ਨਾਲ ਨਹੀਂ ਕੁਝ ਜਾਣਾ ਸਭ ਕੁਝ ਇੱਥੇ ਹੀ ਜਾਣਾ ਰਹਿ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਉਹ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਆਬ ਸਰਬੱਤ ਸੰਗਤਾਂ ਅੱਜ ਵੇਖ ਰਹੇ ਹੋ ਜੋ ਕਿ ਕਰਮੋਨਾ ਇਟਲੀ ਵਿਖੇ ਬਹੁਤ ਹੀ ਭਾਰੀ ਸੰਗਤਾਂ ਦੇ ਇਕੱਠ ਦੇ ਵਿੱਚ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ
ਮਹਾਨ ਪਵਿੱਤਰ ਦਿਹਾੜੇ ਨੂੰ ਸਮਰਪਿਤ ਜੋ ਵਿਸਾਖੀ ਦਾ ਦਿਹਾੜਾ ਹੈ ਸਾਰੇ ਸੰਸਾਰ ਦੇ ਵਿੱਚ ਬੜੇ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਹੈ ਉਹ ਅੱਜ ਦਾ ਦਿਨ ਅੱਜ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਬੜੀ ਸੰਗਤਾਂ ਦੇ ਬੜੇ ਸ਼ਰਧਾ ਅਤੇ ਪਿਆਰ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਮੁਖ ਪਿਆਰਿਆਂ ਵੱਲੋਂ ਪ੍ਰੋਗਰਾਮ ਲੀਕਿਆ ਗਿਆ ਹੈ ਬਹੁਤ ਹੀ ਭਾਰੀ ਇਕੱਠ ਦੇ ਵਿੱਚ ਸੰਗਤਾਂ ਇੱਥੇ ਇਕੱਤਰਤਾ ਹੋਈਆਂ ਹਨ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਪਿਆਰੀਆਂ ਗੁਰੂ ਦੀਆਂ ਬੜੀਆਂ ਪਿਆਰੀਆਂ ਸੰਗਤਾਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦੀਆਂ ਹੋਈਆਂ ਬਹੁਤ ਹੀ ਭਾਰੀ ਉਤਸ਼ਾਹ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਕਰ ਰਹੇ ਹਨ ਸੋ ਬਹੁਤ ਬਹੁਤ ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ ਔਰ ਨਾਲ ਹੀ ਮੀਡੀਆ ਪੰਜਾਬ ਇੱਥੋਂ ਦੇ ਜੋ ਪ੍ਰੋਗਰਾਮ ਹਨ ਉਹਨਾਂ ਨੂੰ ਸਾਰਿਆਂ ਨੂੰ ਕਵਰੇਜ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਗੁਰਮੁਖ ਪਿਆਰਿਆਂ ਦਾ ਭਾਈ ਮਨਦੀਪ ਸਿੰਘ ਜੀ ਦਾ ਭਾਈ ਸਾਧੂ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋ ਕਿ ਮੀਡੀਆ ਪੰਜਾਬ ਦੇ ਤਰਫੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇੱਥੇ ਇਟਲੀ ਦੇ ਵਿੱਚ ਰਹਿ ਕਰਕੇ ਸੇਵਾ ਕਰ ਰਹੇ ਹਨ ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਬਹੁਤ ਹੀ ਹੋਰ ਵੀ ਪਿਆਰ ਔਰ ਸ਼ਰਧਾ ਔਰ ਬਹੁਤ ਭਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਕਿਰਪਾ ਬਖਸ਼ਿਸ਼ ਕਰਕੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬਾਬਾ ਜੀ ਤੋਂ ਅਸੀਂ ਪੁੱਛਣਾ ਚਾਹਾਂਗੇ ਬਾਬਾ ਜੀ ਤੁਸੀਂ ਕਿੰਨੇ ਚਿਰ ਤੋਂ ਇਸ ਇਲਾਕੇ ਦੇ ਵਿੱਚ ਇਹ ਦਰਸ਼ਨ ਕਰਨ ਆਉਂਦੇ ਹੋ ਜੋ ਇਸ ਨਗਰ ਕੀਰਤਨ ਸਜਾਇਆ ਜਾਂਦਾ ਤੁਸੀਂ ਇਸ ਇਲਾਕੇ ਦੇ ਸਤਿਕਾਰਯੋਗ ਨੁਮਾਇੰਦੇ ਵੀ ਹੋ ਆਪ ਜੀ ਨੂੰ ਕਿਵੇਂ ਲੱਗਦਾ ਇਹ ਅੱਜ ਇੱਥੇ ਆ ਕੇ ਆਪ ਜੀ ਕਿੰਨੇ ਚਿਰ ਤੋਂ ਇੱਥੇ ਨਗਰ ਕੀਰਤਨ ਦੇ ਵਿੱਚ ਆ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਨੂੰ ਸਾਰੇ ਪੰਥ ਨੂੰ ਲੱਖ ਲੱਖ ਵਧਾਈ ਵਿਸਾਖੀ ਦੀ ਸਾਨੂੰ ਬਹੁਤ ਦੇਰ ਤੋਂ ਇਸ ਕਰਮੋਨੇ ਸੰਗਤ ਦੇ ਚਰਨਾਂ ਦੀ ਧੂੜ ਬਖਸ਼ਣ ਦਾ ਸਮਾਂ ਮਿਲਿਆ ਹੈ ਬਹੁਤ ਹੀ ਚੜ੍ਹਦੀ ਕਾਲੀ ਸੰਗਤ ਗੁਰਦੁਆਰੇ ਦੀ ਕਮੇਟੀ ਸਾਰੇ ਪ੍ਰਬੰਧਕ ਕਮੇਟੀ ਵਾਲੇ ਸਭ ਚੜ੍ਹਦੀ ਕਲਾ ਬਹੁਤ ਹੀ ਚੜ੍ਹਦੀ ਕਲਾ ਦੇਣ ਅੱਜ ਵਿਸਾਖੀ ਦਾ ਦਿਹਾੜਾ ਬਹੁਤ ਚੜ੍ਹਦੀ ਕਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਬਾਬਾ ਜੀ ਸਾਡੇ ਗੁਰਦੁਆਰਾ ਸਿੰਘ ਸਭਾ ਜੋ ਅਲਸਾਂਦਰੀਆ ਗੁਰਦੁਆਰਾ ਸਿੰਘ ਸਭਾ ਦਮਦਮੀ ਟਕਸਾਲ ਉੱਥੋਂ ਸਾਡੇ ਸਤਿਕਾਰਯੋਗ ਨੁਮਾਇੰਦੇ ਭਾਈ ਲਾਲ ਸਿੰਘ ਜੀ ਅਲਸਾਂਦਰੀਆ ਇੱਥੇ ਹਮੇਸ਼ਾ ਹੀ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਅਸੀਂ ਭਾਈ ਸਾਹਿਬ ਨੂੰ ਪੁੱਛਣਾ ਚਾਹਾਂਗੇ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਮੁਬਾਰਕਬਾਦ ਆਪ ਜੀ ਸੰਗਤਾਂ ਨੂੰ ਵਧਾਈ ਦਿਓ ਅਤੇ ਇਸ ਨਗਰ ਕੀਰਤਨ ਬਾਰੇ ਜਾਣੂ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਦੇ ਸਮੇਂ 'ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਮੋਹਨੇ ਦੀਆਂ ਸਾਰੀਆਂ ਸੰਗਤਾਂ ਪ੍ਰਬੰਧਕ ਸੇਵਾਦਾਰ ਅਤੇ ਇਸ ਇਲਾਕੇ ਦੇ ਸਾਰੇ ਸੱਜਣ ਅਤੇ ਜਿਹੜੇ ਦੂਰੋਂ ਦੂਰੋਂ ਚੱਲ ਕੇ ਸਾਰੀਆਂ ਸੰਗਤਾਂ ਆਈਆਂ ਉਹ ਸਾਰੀਆਂ ਵਧਾਈ ਦੇ ਪਾਤਰ ਨੇ ਜੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਜੋ ਇਹ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਹੈ ਉਹ ਸਾਰੀਆਂ ਸੰਗਤਾਂ ਨੂੰ ਔਰ ਇਟਾਲੀਅਨ ਲੋਕਾਂ ਨੂੰ ਵੀ ਜਾਗਰਤ ਕੀਤਾ ਜਾ ਰਿਹਾ ਆਪਣੇ ਵਿਰਸੇ ਬਾਰੇ ਆਪਣੇ ਧਰਮ ਬਾਰੇ ਆਪਣੇ ਜਾਣ ਪਛਾਣ ਕਰਾਈ ਜਾ ਰਹੀ ਹੈ ਇਸੇ ਤਰ੍ਹਾਂ ਹੀ ਜੋ ਦੂਸਰੀਆਂ ਕੌਮਾਂ ਦੇ ਨਾਲ ਵੀ ਨੇੜਤਾ ਹੋਣ ਦਾ ਇਹ ਸਮਾਂ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਇਸ ਤਰ੍ਹਾਂ ਸੰਗਤਾਂ ਨੂੰ ਉਤਸ਼ਾਹ ਬਖਸ਼ਦੇ ਰਹਿਣ ਆਪਸੀ ਏਕਤਾ ਸਦਭਾਵਨਾ ਬਖਸ਼ਿਸ਼ ਕਰਨ ਅਤੇ ਗੁਰੂ ਮਹਾਰਾਜ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਚਰਨਾਂ ਨਾਲ ਜੋੜ ਕੇ ਸਾਰਿਆਂ ਦੇ ਜੀਵਨ ਸਫਲੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਸਤਿਕਾਰਯੋਗ ਸਾਡੇ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ
ਕਰਮੋਨਾ ਦੀ ਜੋ ਸਤਿਕਾਰਯੋਗ ਪ੍ਰਬੰਧਕ ਕਮੇਟੀ ਹੈ, ਇਹਨਾਂ ਤੋਂ ਅਸੀਂ ਪੁੱਛਣਾ ਚਾਹਾਂਗੇ ਕਿ ਬਾਬਾ ਜੀ ਆਪ ਜੀ ਇਸ ਇਲਾਕੇ ਦੇ ਸਤਿਕਾਰਯੋਗ ਨੁਮਾਇੰਦੇ ਜ਼ਿੰਮੇਵਾਰ ਹੋ, ਆਪ ਜੀ ਅੱਜ ਦੇ ਮੁੱਖ ਜੋ ਦਿਹਾੜਾ ਸੰਗਤਾਂ ਮਨਾ ਰਹੀਆਂ ਇਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਭਾਈ ਜਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸੇ ਦੇ ਪ੍ਰਗਟ ਦਿਵਸ 'ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ। ਅੱਜ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਛਨਾਰ ਦੀ ਕਰਮੋਨਾ ਇਟਲੀ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਕਰਮੋਨਾ ਸ਼ਹਿਰ ਵਿਖੇ ਬਹੁਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਸਿੱਖ ਪਹੁੰਚੇ ਹੋਏ ਨੇ, ਜੋ ਕਿ ਬੜੇ ਉਤਸ਼ਾਹ ਅਤੇ ਲਗਨ ਨਾਲ ਸੇਵਾ ਕਰਦੇ ਨਾਮ ਜਪਦੇ ਸੰਗਤਾਂ ਸਤਿਗੁਰ ਦੀ ਪਾਲਕੀ ਦੇ ਪਿੱਛੇ ਆ ਰਹੀਆਂ ਹਨ। ਇੱਕ ਬਹੁਤ ਹੀ ਯਾਦਗਾਰੀ ਨਗਰ ਕੀਰਤਨ ਬਣ ਚੁੱਕਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅੱਜ ਤਕਰੀਬਨ ਮੌਸਮ ਵੀ ਬਹੁਤ ਵਧੀਆ ਹੈ, ਜਿਸ ਵਿੱਚ ਅੰਦਾਜ਼ਨ ਜੋ 10,000 ਦੀ ਸੰਗਤ ਜੋ ਇਸ ਟਾਈਮ ਸਤਿਗੁਰਾਂ ਦੇ ਪਿੱਛੇ ਆ ਰਹੀ ਹੈ, ਔਰ ਜਿਸ ਪਾਰਕ ਵਿੱਚ ਜਾ ਕੇ ਸੰਗਤ ਖੜ੍ਹਨੀ ਹੈ, ਤਕਰੀਬਨ ਇੰਨੀ ਕੁ ਸੰਗਤ ਉੱਥੇ ਜੋ ਸਤਿਗੁਰਾਂ ਦਾ ਇੰਤਜ਼ਾਰ ਕਰ ਰਹੀ ਹੈ। ਸੋ ਅਸੀਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸਿੱਖ ਜਗਤ ਨੂੰ ਖਾਲਸੇ ਦੇ ਪ੍ਰਗਟ ਦਿਵਸ ਦੇ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੇ ਸੁਣਿਆ ਕਿ ਭਾਈ ਜਤਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ, ਜੋ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ 10,000 ਤੋਂ ਵੱਧ ਜੋ ਸੰਗਤਾਂ ਦਾ ਕਾਫਲਾ ਸਤਿਗੁਰਾਂ ਦੇ ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੰਘਾਸ਼ਨ ਦੇ ਮਗਰਲੇ ਪਾਸਿਓਂ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਹੋਈਆਂ ਸੰਗਤਾਂ ਅੱਗੇ ਨੂੰ ਵੱਧਦੀਆਂ ਆ ਰਹੀਆਂ ਨੇ। ਇਸ ਪਾਸੇ ਆਪ ਜੀ ਦੇਖ ਸਕਦੇ ਹਾਂ ਕਿ ਸਾਡੀਆਂ ਸਤਿਕਾਰਯੋਗ ਮਾਤਾਵਾਂ, ਸਤਿਕਾਰਯੋਗ ਭੈਣਾਂ ਕਿਸ ਤਰ੍ਹਾਂ ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਪਾਸੇ ਦੀ ਸਤਿਗੁਰਾਂ ਦੇ ਪਵਿੱਤਰ ਸਰੂਪ ਜਾਣੇ ਹਨ, ਉਸ ਪਾਸੇ ਨੂੰ ਸਾਡੀਆਂ ਸਤਿਕਾਰਯੋਗ ਮਾਤਾਵਾਂ ਕਿਸ ਤਰ੍ਹਾਂ ਝਾੜੂ ਦੇ ਨਾਲ ਇਹ ਸੇਵਾ ਨਿਭਾ ਰਹੀਆਂ ਹਨ। ਆਪ ਜੀ ਦੇਖ ਸਕਦੇ ਹਾਂ ਕਿ ਅਸੀਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਕਰਮੋਨਾ, ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ, ਇਸ ਨਗਰ ਕੀਰਤਨ ਦੇ ਵਿੱਚ ਅੱਜ 10,000 ਤੋਂ ਲੈ ਕੇ 15,000 ਦੇ ਵਿੱਚ ਇੱਥੇ ਜੋ ਹੈ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਲਈ ਪਹੁੰਚੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਜੋ ਸਾਡੇ ਇਟਲੀ ਦੇ ਸਤਿਕਾਰਯੋਗ ਸਿੱਖ ਕਮਿਊਨਿਟੀ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਕੰਗ, ਇਹਨਾਂ ਤੋਂ ਪੁੱਛਣਾ ਚਾਹਾਂਗੇ ਕਿ ਅੱਜ ਤੁਸੀਂ ਖਾਲਸੇ ਦੇ ਪਵਿੱਤਰ ਪਾਵਨ ਦਿਹਾੜੇ ਮੌਕੇ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 10 ਵਧਾਈ ਦੇ ਪਾਤਰ ਹੈ ਮੀਡੀਆ ਪੰਜਾਬ, ਜਿਹੜਾ ਘਰ ਘਰ ਸੁਨੇਹਾ ਪਹੁੰਚਾ ਰਿਹਾ ਹੈ, ਔਰ ਨਾਲ ਇੱਥੋਂ ਦਾ ਜਿਹੜਾ ਜ਼ਿੰਮੇਵਾਰ ਸੇਵਾਦਾਰ ਹਰਮਧਾਮਦਾਰ ਸਿੰਘ ਸੰਧੂ ਸਿੱਧੂ ਔਰ ਇਹਨਾਂ ਦੀ ਟੀਮ, ਔਰ ਅੱਜ ਦੇ ਸਮਾਗਮ ਦੀ ਖਾਲਸਾ ਦਿਵਸ 'ਤੇ ਸਾਰੀ ਸੰਗਤ ਨੂੰ ਇੰਡੀਅਨ ਸਿੱਖ ਕਮਿਊਨਿਟੀ ਵੱਲੋਂ ਲੱਖ ਲੱਖ ਮੁਬਾਰਕਾਂ, ਔਰ ਜਿਹੜੇ ਦੂਰੋਂ ਨੇੜਿਓਂ ਕਮੇਟੀਆਂ ਪਹੁੰਚੀਆਂ ਨੇ ਮਤ ਭੇਦ ਮਿਟਾ ਕੇ, ਉਹਨਾਂ ਨੂੰ ਵੀ ਦਾਸ ਵੱਲੋਂ ਜੀ ਆਇਆਂ। ਅੱਜ ਦੇ ਸਮਾਗਮ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ, ਔਰ ਦਾਸ ਇੱਥੇ ਹੀ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਅਸੀਂ ਸਾਡੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਇਟਲੀ ਤੋਂ ਸਤਿਕਾਰਯੋਗ ਭਾਈ ਸਾਡੇ ਵੀਰ ਇੰਦਰਜੀਤ ਸਿੰਘ ਜੀ, ਇਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਅੱਜ ਆਪ ਜੀ ਇਸ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਕੌਮ ਨੂੰ ਇਹੀ
ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣਾ ਇਤਫਾਕ ਰੱਖੋ, ਤੁਸੀਂ ਗੁਰੂ ਘਰਾਂ ਦਾ ਸਤਿਕਾਰ ਰੱਖੋ, ਕੋਈ ਲੜਾਈ ਝਗੜੇ ਨਾ ਕਰੋ, ਬਸ ਇਹੀ ਕਹਿਣਾ ਚਾਹੁੰਦਾ। ਬਾਕੀ ਭਾਈ ਸਾਧੂ ਸਿੰਘ ਹਮਦਰਦ ਬਾਰੇ ਵੀ ਇਹੀ ਕਹਿੰਦੇ ਹਾਂ ਕਿ ਇਹਦੀ ਚੜ੍ਹਦੀ ਕਲਾ ਬਖਸ਼ੇ ਇਹਨੂੰ ਮਹਾਰਾਜ, ਜੋ ਮੀਡੀਆ ਪੰਜਾਬ ਅਖਬਾਰ ਦੀ ਸੇਵਾ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੇਖ ਸਕਦੇ ਹਾਂ ਕਿ ਸਾਡੀਆਂ ਸਤਿਕਾਰਯੋਗ ਬੀਬੀਆਂ ਕਿਸ ਤਰ੍ਹਾਂ ਤਨਦੇਹੀ ਦੇ ਨਾਲ ਸੇਵਾ ਨਿਭਾਉਂਦੀਆਂ ਹੋਈਆਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਸੋ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੁਐਸਤਾ ਰਿਲੀਜ਼ ਹੋਣੇ ਦੀ ਸਿੱਖ ਸੈ ਤੂੰ ਸੇ ਆਬੀਤੀ ਕੁਆ ਕਰਮੋਨਾ ਸੇਉ ਸੈ ਵਚੀਨੋ ਕਰਮੋਨਾ ਕੁਮ ਸੇ ਕਿਆ ਮੀਤਾ ਮਾਵਰੋ ਮਾਵਰੋ ਪਹਿਲਾ ਮੀਆਂ ਰਿਲੀਜ਼ ਹੋਣੇ ਤੂੰ ਸੇ ਪਿਆਚੇ ਤਾਂ ਤੋ ਮੋਲ ਤੋ ਪੋਕੋ ਕੋਮੈ ਟੰਟੀਸੀਮੋ ਸਿਆਮੋ ਸਟਾਤੀ ਇਨ ਇੰਡੀਆ ਲਾਨੋ ਸਕੋਰਸੋ ਸੀ ਸੀ ਇਹਦਾ ਪਿਆਚੇ ਕੁਐਸਤਾ ਮੀਆਂ ਰਿਲੀਜ਼ ਹੋਣੇ ਸੀ ਆਬੀਤੀ ਕੁਆ ਸੈ ਪਰੇ ਸੀ ਵਚੀਨੋ ਕਰਮੋਨਾ ਸੀ ਅੰਗੂਰੀ ਗ੍ਰਾਸੇ ਚਾਓ ਤੁਸੀਂ ਦੇਖਿਆ ਕਿ ਸਾਡੇ ਇਟਾਲੀਅਨ ਭਰਾ ਵੀ ਜੋ ਹੈਗੇ ਨੇ ਇਹ ਬੜਾ ਆਨੰਦ ਮਾਣ ਰਹੇ ਨੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਕਰਕੇ। ਸੋ ਇਹ ਵੀ ਕਹਿੰਦੇ ਨੇ ਕਿ ਸਾਨੂੰ ਬਹੁਤ ਜਿੱਦਾਂ ਸਿੱਖ ਧਰਮ ਪਿਆਰਾ ਆ, ਅਸੀਂ ਬਹੁਤ ਸਤਿਕਾਰ ਕਰਦੇ ਸਿੱਖ ਧਰਮ ਦਾ। ਸੋ ਆਪ ਜੀ ਦੇਖ ਵੀ ਸਕਦੇ ਹੈ ਕਿ ਅੱਜ ਜੇ 10,000 ਜਾਂ 15,000 ਸਾਡਾ ਭਾਰਤੀ ਭਾਈਚਾਰਾ ਨਗਰ ਕੀਰਤਨ ਦੇ ਨਾਲ ਚੱਲ ਰਿਹਾ ਤਾਂ ਉਹਦੇ ਵਿੱਚ 5-7,000 ਇਟਾਲੀਅਨ ਲੋਕਾਂ ਦਾ ਵੀ ਇਕੱਠ ਇਸ ਨਗਰ ਕੀਰਤਨ ਦੇ ਵਿੱਚ ਹੈ। ਔਰ ਇਸ ਨਗਰ ਕੀਰਤਨ ਦੇ ਵਿੱਚ ਖਾਸ ਕਰਕੇ ਇਟਾਲੀਅਨ ਮੀਡੀਆ ਵੀ ਬਹੁਤ ਵੱਡੇ ਪੱਧਰ 'ਤੇ ਜੋ ਹੈ ਪਹੁੰਚਿਆ ਹੋਇਆ। ਹੁਣ ਸਾਡੇ ਨਾਲ ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਜੋ ਮੁੱਖ ਸੇਵਾਦਾਰ ਨੇ ਭਾਈ ਤਾਰ ਸਿੰਘ ਜੀ ਕਰੰਟ, ਅਸੀਂ ਇਹਨਾਂ ਨੂੰ ਨਗਰ ਕੀਰਤਨ ਦੇ ਵਿੱਚ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹਨਾਂ ਤੋਂ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਪ੍ਰਧਾਨ ਸਾਹਿਬ, ਆਪ ਕਿੰਨੇ ਸਾਲਾਂ ਤੋਂ ਨਗਰ ਕੀਰਤਨ ਦੇ ਵਿੱਚ ਆ ਰਹੇ ਹੋ ਅਤੇ ਆਪ ਸੰਗਤਾਂ ਨੂੰ ਕੀ ਉਦੇਸ਼ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਨਗਰ ਕੀਰਤਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਵਿਸਾਖੀ ਦੀਆਂ, ਜੋ ਕਿ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਹ ਕੱਢਦੇ ਹਨ ਔਰ ਬਹੁਤ ਸੰਗਤ ਇੱਥੇ ਪਹੁੰਚੀ ਹੋਈ ਹੈ ਅਤੇ ਬਹੁਤ ਸੰਗਤ ਪਹੁੰਚੀ ਹੈ ਔਰ ਸਾਰੀਆਂ ਸੰਗਤਾਂ ਨੂੰ ਇੰਨਾ ਉਤਸ਼ਾਹ ਹੈ ਕਿ ਅੱਗੇ ਹੀ ਜਿੱਥੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਉੱਥੋਂ ਹੀ ਹੋ ਕੇ ਆਏ ਹਾਂ। ਉੱਥੇ ਇੰਨੇ ਕੁ ਲੰਗਰ ਲੱਗੇ ਹੋਏ ਹਨ ਜਿਨ੍ਹਾਂ ਦਾ ਕੋਈ ਵੀ ਮੇਜ਼ਮਾਨਾ ਨਹੀਂ ਹੈ ਔਰ 100-200 ਦੇ ਗੇਟ 'ਤੇ ਲੰਗਰ ਲੱਗੇ ਹੋਏ ਹਨ ਔਰ ਆਈਸਕ੍ਰੀਮਾਂ, ਚੌਲ, ਦਾਲ ਫੁਲਕਾ, ਹਰ ਇੱਕ ਚੀਜ਼ ਦੇ ਲੰਗਰ ਲੱਗੇ ਹੋਏ ਹਨ ਉੱਥੇ। ਔਰ ਦੂਜਾ ਜਿਹੜਾ ਅਗਲਾ ਨਗਰ ਕੀਰਤਨ ਹੈ ਸ਼ਨੀਵਾਰ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਬ੍ਰੇਸ਼ੀਆ ਵਿਖੇ ਨਿਕਲ ਰਿਹਾ ਹੈ। ਉੱਥੇ ਵੀ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਬਾਬਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਜੋ ਕਿ ਬ੍ਰੇਸ਼ੀਆ ਦੇ ਵਿੱਚ ਆ, ਸਾਡੇ ਸਤਿਕਾਰਯੋਗ ਭਾਈ ਸਾਹਿਬ ਹੋਣੀ, ਉਹਨਾਂ ਦੇ ਮੁੱਖ ਸੇਵਾਦਾਰ ਸਾਡੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ, ਅਸੀਂ ਇਹਨਾਂ ਦਾ ਨਗਰ ਕੀਰਤਨ ਦੇ ਵਿੱਚ ਆਇਆ, ਬਹੁਤ ਬਹੁਤ ਸਵਾਗਤ, ਨਿੱਘਾ ਸਵਾਗਤ ਕਰਦੇ ਹਾਂ ਮੀਡੀਆ ਪੰਜਾਬ ਦੀ ਪੂਰੀ ਟੀਮ ਵੱਲੋਂ ਅਤੇ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਦੇ ਸਮੂਹ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਇੱਥੇ ਜੀ ਆਇਆ। ਅਤੇ ਅਸੀਂ ਪ੍ਰਧਾਨ ਸਾਹਿਬ ਤੋਂ ਇਹ ਪੁੱਛਣਾ ਚਾਹਾਂਗੇ, ਪ੍ਰਧਾਨ ਜੀ ਤੁਸੀਂ ਕਿੰਨੇ ਸਾਲਾਂ ਤੋਂ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਆ ਰਹੇ ਹੋ ਅਤੇ ਤੁਹਾਡਾ ਅੱਜ ਮੁੱਖ ਸੁਨੇਹਾ ਸੰਗਤਾਂ ਨੂੰ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅੱਜ ਤੇ ਸਭ ਤੋਂ ਪਹਿਲਾਂ ਖਾਲਸਾ ਦੇ ਸਰਜਣਾ ਦਿਵਸ ਤੇ ਪੂਰੀ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹੈ ਅਤੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੱਲੋਂ ਕਰਮੋਨੇ ਦੀ ਸਮੂਹ ਸਾਹ ਸੰਗਤ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਸਤਿਗੁਰ ਅੱਗੇ ਅਰਦਾਸ ਕਰਦੇ ਹਾਂ
ਕਿ ਇਹ ਕਮੇਟੀ ਔਰ ਇਹ ਗੁਰਦੁਆਰੇ ਦੀਆਂ ਸੰਗਤਾਂ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸਿੱਖ ਸੰਗਤਾਂ ਇਸੇ ਤਰ੍ਹਾਂ ਹੀ ਵੱਡੇ ਵੱਡੇ ਇਹ ਨਗਰ ਕੀਰਤਨ ਜੋ ਕਿ ਖਾਲਸੇ ਦਾ ਖਾਸ ਰੂਪ ਵਿੱਚ ਇਸੇ ਤਰ੍ਹਾਂ ਹੀ ਇਹ ਨਗਰ ਕੀਰਤਨ ਸਜਾਉਂਦੇ ਰਹਿਣ। ਦਾਸ ਇਸ ਨਗਰ ਕੀਰਤਨ ਵਿੱਚ ਤਕਰੀਬਨ 2006 ਤੋਂ ਆਪਣੇ ਪੂਰੀ ਹੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀਆਂ ਸੰਗਤਾਂ ਦੇ ਸਾਥ ਨਾਲ ਚੱਲ ਕੇ ਇੱਥੇ ਅਸੀਂ ਗੁਰੂ ਦੇ ਦਰਸ਼ਨ ਪਰਸਦੇ ਹਾਂ। ਫਿਰ ਦੁਬਾਰਾ ਸਾਰੀ ਹੀ ਸਿੱਖ ਸੰਗਤਾਂ ਨੂੰ ਗੁਰੂ ਦੇ ਸਾਰਜਣਾ ਦਿਵਸ ਦੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਪੋਤੇ ਬਣੋ ਔਰ ਮਾਤਾ ਸਾਹਿਬ ਕੌਰ ਜੀ ਦੇ ਆਪਣੇ ਬੱਚਿਆਂ ਨੂੰ ਪੁੱਤ ਬਣਾ ਕੇ ਗੁਰੂ ਦੀਆਂ ਸੰਗਤਾਂ ਨੂੰ ਇਹ ਹਮੇਸ਼ਾ ਹੀ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਾਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਔਰ ਗੁਰੂ ਘਰ ਦੀ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਇੰਨਾ ਕੁਛ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇਖ ਰਹੀਆਂ ਕਿ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਸਾਡੀਆਂ ਇਹ ਕਿਸ ਤਰ੍ਹਾਂ ਅੱਜ ਸਵੇਰ ਤੋਂ ਲੈ ਕੇ ਜਿਸ ਜਗ੍ਹਾ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜਿਸ ਜਗ੍ਹਾ 'ਤੇ ਸੰਪੂਰਨਤਾ ਸਮਾਪਤੀ ਹੋਣੀ ਹੈ ਉੱਥੇ ਤੱਕ ਹੀ ਸਾਡੀਆਂ ਸਤਿਕਾਰਯੋਗ ਭੈਣਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਜਿਸ ਪਾਸੇ ਦੀ ਸਿੰਘਾਸਨ ਜੋ ਲੰਘਣੇ ਬਿਰਾਜਮਾਨ ਸਤਿਗੁਰ ਉੱਪਰ ਬੈਠੇ ਨੇ ਦਰਸ਼ਨ ਦਿਦਾਰੇ ਬਖਸ਼ਦੇ ਉਸ ਪਾਸੇ ਨੂੰ ਜਾਣਾ ਇਹਨਾਂ ਨੇ। ਸੋ ਅਸੀਂ ਸਤਿਕਾਰਯੋਗ ਮਾਤਾਵਾਂ ਤੋਂ ਇਹ ਪੁੱਛਣਾ ਚਾਹਾਂਗੇ ਕਿ ਆਪ ਜੀ ਕਿੰਨੇ ਸਮੇਂ ਤੋਂ ਇੱਥੇ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾ ਰਹੇ ਹੋ ਅਤੇ ਆਪ ਜੀ ਦਾ ਅੱਜ ਕੀ ਸੁਨੇਹਾ ਹੈ ਦੂਸਰੀਆਂ ਸੰਗਤਾਂ ਨੂੰ? ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਦੋਂ ਤੋਂ ਵੀ ਨਗਰ ਕੀਰਤਨ ਨਿਕਲ ਰਿਹਾ ਜੀ ਹਜੇ ਉਦੋਂ ਤੋਂ ਹੀ ਸੇਵਾ ਕਰ ਰਹੇ ਹਾਂ ਜੀ। ਬਹੁਤ ਮਨ ਨੂੰ ਖੁਸ਼ੀ ਆਉਂਦੀ ਹੈ ਸੇਵਾ ਕਰਕੇ ਜੀ। ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ 'ਤੇ ਵਿਸਾਖੀ ਦੀਆਂ ਲੱਖ ਲੱਖ ਸਭ ਨੂੰ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਸਾਡੀਆਂ ਸਤਿਕਾਰਯੋਗ ਭੈਣਾਂ ਪੂਰੇ ਉਤਸ਼ਾਹ ਦੇ ਨਾਲ ਤਨਦੇਹੀ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੇਵਾਵਾਂ ਨਿਭਾ ਰਹੀਆਂ ਨੇ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਜਿੱਥੇ ਵੀ ਇਟਲੀ ਦੇ ਵਿੱਚ ਨਗਰ ਕੀਰਤਨਾਂ ਦੀ ਆਰੰਭਤਾ ਹੁੰਦੀ ਹੈ ਇਹ ਸਾਡੀਆਂ ਭੈਣਾਂ ਉਸੇ ਜਗ੍ਹਾ 'ਤੇ ਜਾਂਦੀਆਂ ਨੇ, ਉਸੇ ਜਗ੍ਹਾ 'ਤੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੀਆਂ ਹੋਈਆਂ ਸਤਿਗੁਰਾਂ ਦੇ ਸਿੰਘਾਸਨ ਜਿਸ ਪਾਸੇ ਨੂੰ ਜਾਂਦੇ ਨੇ ਉਸ ਅਸਥਾਨਾਂ ਨੂੰ ਇਹ ਝਾੜੂ ਦੇ ਨਾਲ ਸਾਫ਼ ਕਰਦੀਆਂ ਨੇ ਤਨਦੇਹੀ ਦੇ ਨਾਲ। ਹੁਣ ਸਾਡੇ ਨਾਲ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਮਕੇਰੀਆਂ ਜੋ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਬੈਰਗਾਮ ਤੋਂ, ਉਹਨਾਂ ਦੇ ਨਾਲ ਸਾਡੇ ਮੈਂਬਰ ਸਾਹਿਬਾਨ ਸਤਿਕਾਰਯੋਗ ਜੋ ਕਿ ਬੈਰਗਾਮ ਤੋਂ ਇਸ ਨਗਰ ਕੀਰਤਨ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ। ਅਸੀਂ ਭਾਈ ਸਾਹਿਬ ਤੋਂ ਪੁੱਛਣਾ ਚਾਹਾਂਗੇ ਭਾਈ ਸਰਜੀਤ ਸਿੰਘ ਜੀ ਉਹਨਾਂ ਤੋਂ ਕਿ ਆਪ ਜੀ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਕੀ ਮਹਿਸੂਸ ਕਰਦੇ ਹੋ ਅਤੇ ਆਪ ਜੀ ਦਾ ਕੀ ਸੁਨੇਹਾ ਸੰਗਤਾਂ ਤੱਕ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ 'ਤੇ ਜੋ ਅੱਜ ਕਰਮੋਨੇ ਦੀ ਧਰਤੀ 'ਤੇ ਮਨਾਇਆ ਜਾ ਰਿਹਾ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਹੜੀਆਂ ਕਿ ਮੀਡੀਆ ਪੰਜਾਬ ਨੂੰ ਮੀਡੀਆ ਪੰਜਾਬ ਟੈਲੀਵਿਜ਼ਨ ਨੂੰ ਵਾਚ ਕਰ ਰਹੀਆਂ ਨੇ ਘਰੀ ਘਰੀ ਬੈਠੀਆਂ ਨੇ ਸਮੂਹ ਉਹਨਾਂ ਸੰਗਤਾਂ ਨੂੰ ਕਰਮੋਨੇ ਦੀ ਧਰਤੀ 'ਤੇ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ, ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਨਾਲ ਹੀ ਅਸੀਂ ਇਹ
ਕਾਮਨਾ ਕਰਦੇ ਹਾਂ ਕਿ ਖਾਲਸਾ ਪੰਥ ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਆਣ ਕੇ ਵੀ ਜਿਹੜੇ ਆਪਣੇ ਗੁਰੂਆਂ ਦੇ ਮਹਾਨ ਦਿਹਾੜੇ ਖਾਲਸਾ ਸਾਜਨਾ ਦਿਵਸ ਮਨਾ ਰਿਹਾ ਹੈ ਇਸੇ ਤਰ੍ਹਾਂ ਮਨਾਉਂਦਾ ਰਹੇ। ਅੱਜ ਕਰਮੋਨੇ ਦੀ ਧਰਤੀ ਦੇ ਉੱਤੇ ਇਹ ਸੰਗਤਾਂ ਦਾ ਹੜ੍ਹ ਨੀਲੀਆਂ ਪੀਲੀਆਂ ਅਤੇ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਦਾ ਹੜ੍ਹ ਆਇਆ ਹੋਇਆ ਆ। ਇੱਥੇ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਪੂਰਾ ਸ਼ਹਿਰ ਕਰਮੋਨਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਗਿਆ ਹੋਵੇ। ਜਿੱਥੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਰੇ ਦੀ ਪਚਨਾਰ ਦੀ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲਾ ਸਦਕਾ ਇਹ ਮਹਾਨ ਨਗਰ ਕੀਰਤਨ ਸਜਾਏ ਗਏ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉੱਥੇ ਹੀ ਖਾਸ ਕਰਕੇ ਮੀਡੀਆ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਜੋ ਕਿ ਇਹਨਾਂ ਪ੍ਰੋਗਰਾਮਾਂ ਨੂੰ ਕਵਰ ਕਰਕੇ ਆਪ ਸਭ ਸੰਗਤਾਂ ਤੱਕ ਪਹੁੰਚਦਾ ਕਰ ਰਹੇ ਨੇ। ਸੋ ਇੱਕ ਵਾਰੀ ਫਿਰ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ, ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇੰਚਨ ਚਾਰ ਸਤਨਾਮ ਤਰਤ ਪੁਰ ਨਿਰਭਉ ਨਿਰਵੈਰ ਅਚਾਲ ਮੂਰਤ ਅਜੂਨੀ ਸਾਹਿਬ ਪੰਥ ਦੁਰਪ੍ਰਸਾਦ ਜਪ ਆਦਿ ਸੱਚ ਚੁਦਾਦ ਸੱਚ ਹੈ ਪੀ ਸੱਚ ਨਾਨਤ ਹੋਸੀ ਪੀ ਸੱਚ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਕੀ ਫਤਿਹ। ਨਹੀਂ ਨਹੀਂ ਬਸ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ,
ਛੱਕੇ ਜਾਣਾ ਲੰਗਰ ਸੰਗਤੇ ਛੱਕੇ ਜਾਣਾ ਲੰਗਰ ਜੀ ਛੱਕੇ ਜਾਣਾ ਲੰਗਰ ਸੰਗਤੇ ਛੱਕੇ ਜਾਣਾ ਲੰਗਰ ਜੀ ਛੱਕੇ ਜਾਣਾ ਲੰਗਰ ਸੰਗਤੇ ਛੱਕੇ ਜਾਣਾ ਲੰਗਰ ਜੀ ਛੱਕੇ ਜਾਣਾ ਸਤਨਾਮ ਸਿਵਾ ਹੈ ਗੁਰੂ
ਬਨਵਾਰੀ ਜਲ ਥਲ ਮੈਲ ਗੁਪਤੋਂ ਵਰਤੇ ਗੁਰੂ ਸ਼ਬਦੀ ਦੇਖ ਹਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਕੋ ਥਾਰੇ ਸਰਪੰਚ ਸਿੰਘ ਨੂੰ ਬੇਨਤੀ ਕਰਾਂਗਾ ਕਿ ਹੈਲੋ ਹੈਲੋ
ਆਓ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਖਤੇ ਜਗਨ ਕਲਗੀਆਂ ਵਾਲੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਉਹਨਾਂ ਦੀ ਬਖਸ਼ਿਸ਼ ਤੋਂ ਰਾਈਏ ਕੋਈ ਵੀ ਰਸਨਾ ਬਾਜੀ ਨਾ ਰਹਿਣ। ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਬਿਆਨ ਕੀਤੀਆਂ ਜਾ ਰਹੀਆਂ ਕਰਕੇ ਜੋਤੀਆਂ ਦਲੇਰਾਂ ਨੇ ਹੈ ਸੀ ਝੰਡਾ ਖੱਡਦਾ
ਅੱਜ ਤੂੰ ਅੱਗੇ ਹੋ ਗਿਆ ਤੇ ਹੁਕਮ ਕੱਢਦਾ ਲੀਕਾਂ ਕੱਢ ਕੇ ਮਾਫੀਆਂ ਮੰਗ ਕੇ ਜੇਬਾਂ ਢੇਰੀ ਕਰਕੇ ਇਹ ਤੁਰਦੇ ਬਣੇ। ਜਦੋਂ 4 ਮਹੀਨੇ ਨਿਕਲ ਗਏ ਨਾ ਖਾਲਸੇ ਨੂੰ ਵਸੂਲ ਕਰਾਉਂਦਿਆਂ, ਉਹ ਵਸੂਲ ਪੈਸਾ ਆਪਣੇ ਪੇਟ ਵਾਲੇ ਸੀ ਪੇਟ ਵਾਸਤੇ ਨਹੀਂ ਸੀ ਕਰਾ ਰਹੇ, ਆਪਣੇ ਪਰਿਵਾਰ ਵਾਸਤੇ ਨਹੀਂ ਸੀ ਕਰਾ ਰਹੇ। ਉਹ ਇੱਕ ਜਕਰੀਆ ਖਾਨ ਨੂੰ ਦੱਸਣਾ ਚਾਹੁੰਦੇ ਸੀ ਵੀ ਤੂੰ ਆਹ ਨਾ ਵੀ ਜਿਹੜਾ ਖਾਲਸਾ ਨੇ ਗੁਰੂ ਗੋਬਿੰਦ ਸਿੰਘ ਦਾ ਖਤਮ ਕਰਤਾ ਉਹ ਖਾਲਸਾ ਜੇ ਚੜ੍ਹਦੀ ਕਲਾ ਵਿੱਚ ਹੈ। ਜਦੋਂ 4 ਮਹੀਨੇ ਨਿਕਲ ਗਏ ਇੱਧਰੋਂ ਜਿਹੜੇ ਸਦਾਕਰ ਆਉਣ ਜਾਣ ਵਾਲੇ ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਉੱਧਰ ਪਹੁੰਚਾਉਂਦੇ ਸੀ, ਉਹਨਾਂ ਦੇ ਕੋਲ ਬਾਬਾ ਬੋਤਾ ਸਿੰਘ ਨੇ ਇੱਕ ਚਿੱਠੀ ਲਿਖੀ ਜੋ ਚਿੱਠੀ ਵਿੱਚ ਕਰਾਰੀਆਂ ਲੈਣਾ ਬਾਬਾ ਬੋਤਾ ਸਿੰਘ ਨੇ ਜਕਰੀ ਖਾਨ ਨੂੰ ਲਿਖੀਆਂ। ਬਾਪੂ ਸੋਹਣ ਸਿੰਘ ਸਲਾਹ ਕੀਤੀ ਬਾਬਾ ਬੋਤਾ ਸਿੰਘ ਜੇ ਕੋਈ ਤੇਰੇ ਤੇ
ਦੁਸ਼ਮਣ ਪਿੱਛੋਂ ਵਾਰ ਕਰੇ ਉਹਨੂੰ ਮੈਂ ਸੰਭਾਲੂਗਾ, ਜਿਹੜਾ ਮੇਰੇ ਪਿੱਛੋਂ ਵਾਰ ਕਰੇ ਉਹਨੂੰ ਤੂੰ ਸੰਭਾਲੀ। ਛੰਦ ਦਾ ਸਿਰ ਲੇਖ ਹੈ, ਓਏ ਪਿੱਠਾਂ ਜੋੜ ਖਲੋ ਗਏ ਤੇ ਦੋ ਮਰਦ ਹਟੀਲੇ ਜੀ ਜਗਾ ਸੁਣ ਲਿਆ ਜਕਰੀਏ ਸਿੰਘਾਂ ਦਾ ਸਾਜੀ ਹੋ ਗਿਆ ਕੱਲੀ ਦੋਨੇ ਆਵੀ ਮਾਵਾਂ
ਨਿਸ਼ਾਨ ਬਿਖੈ ਬਿਖ ਖਾਈ ਮਾਇਆ ਮੋਹ ਪਰਮਤ ਹੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇਹ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਹ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਜੁਗੋ ਜੁਗ ਟਲ ਕਿਆਵਰ ਤਖ ਛਤਰ ਦੇ ਮਾਲਕ ਬਾਣੀ ਕੇ ਬੋਧ ਸ਼ਬਦ ਗੁਰੂ ਅਵਤਾਰ ਹਲਤ ਭਲਤ ਕੇ ਰਖਵਾਲੇ ਨਾਮ ਕੇ ਜਹਾਜ ਦਸਾਂ ਗੁਰੂਆਂ ਦੀ ਆਤਮ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਦਿਓਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠੇ ਸਮੂਹ ਸਾਧ ਸੰਗਤ ਜੀ ਬੜੇ ਭਾਗਾਂ ਵਾਲੇ ਹੋ ਕਿ ਖਾਲਸੇ ਦੇ ਪ੍ਰਗਟ ਦਸ਼ਾ ਤੇ ਆਪ ਨਗਰ ਕੀਰਤਨ ਵਿੱਚ ਪੰਜਾਂ ਪਿਆਰਿਆਂ ਦੀ ਗਵਾਹੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠਾਂ ਬਹਾਦਰੀਆਂ ਭਰ ਰਹੇ ਹੋ ਸਾਡੇ ਤੋਂ ਪਹਿਲਾਂ ਸਤਿਕਾਰ ਜੋ ਭਾਈ ਮਹਿਤ ਸਿੰਘ ਦਾ ਜੱਥਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਏ ਉਹਨਾਂ ਬੱਚਿਆਂ ਨੂੰ ਵੇਖ ਕੇ ਇਹਨਾਂ ਬੱਚਿਆਂ ਨੇ ਰੀਸ ਕੀਤੀ ਹੈ ਉਹਨਾਂ ਦੇ ਕੋਲੋਂ ਤੁਸੀਂ ਗੁਰ ਧਿਆਨ ਸਰਵਣ ਕੀਤਾ ਮੈਂ ਬਹੁਤਾ ਲੈਕਚਰ ਵਿੱਚ ਨਹੀਂ ਜਾਵਾਂਗਾ ਦੋ ਕਵਿਤਾ ਕਹਿ ਕੇ ਖਿਮਾ ਦਾ ਜਾਜ ਹੋ ਜਾਵਾਂਗਾ ਕਿਉਂਕਿ ਦਾਸ ਨੇ ਜਰਮਨ ਜਾਣਾ ਹੈ ਲਗਭਗ 1300 ਕਿਲੋਮੀਟਰ ਦਾ ਸਮਾਂ ਹੈ ਤੇ ਟਾਈਮ ਜੇ 1300 ਕਿਲੋਮੀਟਰ ਜਾਣਾ ਹੈ ਉਹ 1300 ਕਿਲੋਮੀਟਰ ਦੇ ਕੱਲ੍ਹ ਜਾ ਕੇ ਦੀਵਾਨ ਲਾਉਣਾ ਹੈ ਦੋ ਕਵਿਤਾ ਕਹਿ ਕੇ ਖਿਮਾ ਦਾ ਜਾਜ ਹੋ ਜਾਵਾਂਗਾ ਕਿ ਮੈਂ ਜਿਹੜੀਆਂ ਕਵਿਤਾ ਬੱਚਿਆਂ ਨੂੰ ਖਵਾਉਣ ਲੱਗਾ ਹੈ ਭਾਈ ਮਹਿਤ ਸਿੰਘ ਸੁਣ ਰਹੇ ਨੇ ਕਮਿਸ਼ਨਰੀ ਵਿੱਚ ਸਭ ਤੋਂ ਔਖੀਆਂ ਕਵਿਤਾ ਇਹਨਾਂ ਬੱਚਿਆਂ ਨੂੰ ਮੈਂ ਤੁਹਾਡੇ ਕੋਲ ਫੋਨ ਲੱਗਾ ਹੈ ਆਓ ਕਵਿਤਾ ਸ਼ੁਰੂ ਕਰਨ ਤੋਂ ਪਹਿਲੇ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਫਤਿਹ ਬੁਲੰਦ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਿਸ਼ਨਰੀ ਦਾ ਜਨਮ 26 ਅੱਖਰਾਂ ਤੋਂ ਹੋਇਆ ਹੈ ਤੇ ਅੱਜ ਕਮਿਸ਼ਨਰੀ ਅਰਸ਼ਾਂ ਨੂੰ ਪਹੁੰਚੀਏ ਇਹ ਦਾਸ ਦੇ ਪਚੰਗੀ ਉਸ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਾਨ ਆਨੰਦਪੁਰ ਦੇ ਲੱਗੇ ਹੋਏ ਦਰਬਾਰ ਵਿੱਚ ਰਾਜਾ ਭੀਮ ਚੰਦ ਕਲਦੂਰੀਆ ਆਪਣੇ ਆਪ ਨੂੰ ਹੰਕਾਰੀ ਹੋ ਕੇ ਗੁਰੂ ਸਾਹਿਬ ਆਪਣੇ ਚਰਨਾਂ ਦੇ ਝੁਕਾਉਣ ਵਾਸਤੇ ਆਉਂਦਾ ਹੈ ਖਾਲਸਾ ਜੀ ਉਸ ਵੇਲੇ ਗੁਰੂ ਦੇ ਦਰਬਾਰ ਦੀ ਸ਼ਾਨ ਵੇਖ ਕੇ ਰਾਜਾ ਭੀਮ ਚੰਦ ਕਿਵੇਂ ਗੁਰੂ ਸਾਹਿਬ ਦੇ ਚਰਨਾਂ ਦੇ ਝੁਕਣੇ ਮਜਬੂਰ ਆ ਰਹੇ ਦਾਸ ਦੇ ਭਟੰਗੀਏ 94 ਕਲੀਏ ਸ਼ਬਦ ਵਿੱਚ ਪੇਸ਼ ਕਰ ਰਹੇ ਨੇ ਕਮਿਸ਼ਨਰੀ ਵਿੱਚ 26 ਅੱਖਰਾਂ ਤੋਂ ਕਮਿਸ਼ਨਰੀ ਸ਼ੁਰੂ ਹੋਈ ਹੈ ਅੱਜ ਅਰਸ਼ਾਂ ਨੂੰ ਪਹੁੰਚੀਏ ਭਾਈ ਗੁਰਮੁਖ ਸਿੰਘ ਐਵੇਂ ਦੀ ਕਲਮ ਨੇ ਕਲਮਬੱਧ ਕੀਤਾ ਹੈ ਛੰਦ 94 ਕਲੀਆ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਾਨ ਉਸ ਅਨੰਦਪੁਰ ਦੀ ਧਰਤੀ ਤੇ ਜਿਹੜੀ ਹੈ ਉਹ ਦਾਸ ਦੇ ਭਜੰਗੀ ਸਿੰਘ ਦੇ ਚਰਨਾਂ ਵਿੱਚ ਹੈ ਐਵੇਂ ਬਿਆਨਦਾ ਰਹੇ ਨੇ ਗਲ ਚੋਲਾ ਰੇਸ਼ਮ ਪਾ ਬਦੀ ਦਸਤਾਰ ਜੁੱਤੀ ਦਿਲੇਦਾਰ ਬਣਾਉਂਦਾ ਟੋਰ ਦੱਸਣ ਲਈ ਜ਼ੋਰ ਕਰੇ ਕਈ ਕਰਤਾ ਗੁਰੂ ਕਰ ਜਾਣਾ ਨਾ ਕਲਗੀ ਹੀਰਿਆਂ ਦੀ ਪੈਣ ਕੇ ਮਾਲਾ ਕਰਨ ਵਖਾਲ ਦੱਸਣ ਲਈ ਜਾਣ ਮਤਾ ਬਿਮਾਨ ਜੜੇ ਕਈ ਜੜਤਾ ਰੋਪ ਵਖਾਣਾ ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਢਹੀ ਕੇ ਚਰਣੀ ਪੈ ਕੇ ਮਨੂੰਗਾ ਹਾਰ ਕਰੂ ਸਤਕਾਰ
ਸੱਚੀ ਗੱਲ ਕਹਿਣ ਗੁਰੂ ਘਰ ਘੁੱਕ ਗਿਆ ਤੱਕ ਚੜ੍ਹਤ ਦੁਰਾਂ ਦੀ ਨੂੰ ਭੀਮ ਚੰਦ ਰਾਣਾ ਨੀ ਕਦਾ ਕਾਣਾ ਸੋਚਾਂ ਵਿੱਚ ਬਹਿ ਗਿਆ ਮਾਲ ਸਭ ਡਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਅਸੀਂ ਪੀਤੇ ਨੇ ਪੰਜ ਝੂੜੇ ਸਾਡੇ ਨੇਤਰਾਂ ਵਿੱਚ ਪਾਏ ਨੇ ਪਰ ਪੀਣ ਵਾਲੀ ਚੀਜ਼ ਨੂੰ ਮਹਾਰਾਜ ਨੇ ਕੇਸਾਂ ਵਿੱਚ ਵੀ ਪਾਇਆ ਸਤਸੰਗ ਜੀ ਨੂੰ ਕੇਸਾਂ ਵਿੱਚ ਪਾਇਆ ਅਤੇ ਨਾਲ ਗਿਆ ਇਹ ਗੁਰੂ ਦੀ ਮੋਹਰ ਹੈ ਕੇਸ ਜਿਹੜੇ ਆ ਅਤੇ ਸਾਡੀ ਜੇ ਕੋਈ ਪਹਿਚਾਣ ਹੈ ਦੁਨੀਆਂ ਦੇ ਵਿੱਚ ਖਾਲਸੇ ਦੀ ਜੇ ਕੋਈ ਪਹਿਲੀ ਪਹਿਚਾਣ ਸਾਡੇ ਕੇਸ ਨੇ ਜੇ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਜਿਸ ਵੀ ਮੇਰੇ ਵੀਰ ਦਾ ਨਾਮ ਬੋਲਿਆ ਜਾਵੇਗਾ ਉਸ ਸਟੇਜ 'ਤੇ ਪਹੁੰਚਣ ਦੀ ਕਿਰਪਾ ਕਰੋ ਸਭ ਤੋਂ ਪਹਿਲਾਂ ਪੰਜਾਬ ਮੀਡੀਆ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਅਮਦਾਰ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਪਹੁੰਚਣ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਅਮਦਾਰ ਫੌਜੀ ਸਾਹਿਬ ਇੱਥੇ ਬਸ ਰੋਕੋ ਨਾ ਕਿ ਉਹ ਵੀ ਸਟੇਜ 'ਤੇ ਆ ਕੇ ਆਪਣਾ ਸਨਮਾਨ ਖਾਲਸ ਕਰਨ
ਪਿੰਗਨਾਰ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜੋ ਮਹਾਨ ਨਗਰ ਕੀਰਤਨ ਦੀ ਰਮਤਾ ਸ਼ੁਰੂ ਹੋਈ ਸੀ ਉਸ ਦੀ ਸਮਾਪਤੀ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਬੜੀ ਹੀ ਚੜ੍ਹਦੀ ਕਲਾ ਵਿੱਚ ਹੋਈ ਹੈ। ਇਸ ਟਾਈਮ ਸਤਿਗੁਰ ਦੀ ਤਿਆਰੀ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਨੂੰ ਚਾਲੇ ਪਾਉਣ ਵਾਸਤੇ। ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਸਮੁੱਚੇ ਮੀਡੀਏ ਦਾ, ਸਾਰੇ ਹੀ ਸੇਵਾਦਾਰਾਂ ਦਾ, ਜਿਨ੍ਹਾਂ ਨੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਕੀਤੀਆਂ, ਜਿਨ੍ਹਾਂ ਨੇ ਗੁਰੂ ਕੀ ਪਾਲਕੀ ਵਾਸਤੇ ਸੇਵਾਵਾਂ ਕੀਤੀਆਂ,
ਸਾਰੇ ਹੀ ਸੇਵਾਦਾਰਾਂ ਦਾ ਕੋਟਨ ਕੋਟ ਧੰਨਵਾਦ। ਸਤਿਗੁਰੂਆਂ ਅੱਗੇ ਅਰਦਾਸ ਕਰਦੇ ਮਹਾਰਾਜ ਜੀ ਸਾਰੇ ਸੇਵਾਦਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ, ਸੇਵਾ ਥਾਏ ਪਾਉਣ। ਬਹੁਤ ਹੀ ਗੁਰੂ ਦੀ ਕਿਰਪਾ ਅਨੁਸਾਰ ਚੜ੍ਹਦੀ ਕਲਾ ਵਿੱਚ ਜੋ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਟਨ ਕੋਟ ਧੰਨਵਾਦ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਇਹ ਕਾਰਜ ਸਿਰੇ ਚੜ੍ਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।